ਤੋਂ ਪਹਿਲਾਂ ਸਾਰੀ ਸੰਸਾਰ ਸੰਗਤ ਜੀ ਪਿਆਰ ਸਹਿਤ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ। ਆਪਾਂ ਸਾਰੇ ਸਾਲਾਨਾ ਗੁਰੂ ਮਾਨਿਓ ਗ੍ਰੰਥ ਸਮਾਗਮ ਮਨਾ ਰਹੇ ਹਾਂ। ਸਾਧ ਸੰਗਤ ਜੀ, ਆਪਾਂ ਗੁਰੂ ਨੂੰ ਤਾਂ ਮੰਨਦੇ ਹਾਂ, ਪਰ ਗੁਰੂ ਦੀ ਵੀ ਮੰਨਣੀ ਚਾਹੀਦੀ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੋਇਆ ਸੀ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਭਈ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ। ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਜਾਣ ਕੇ ਮੰਨਿਆ। ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦਾ ਬਚਨ ਹੈ ਗੁਰੂਆਂ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਆਖੋ ਸਤਨਾਮ। ਕੋਈ ਪੁੱਛਦਾ ਕਿਵੇਂ, ਤਾਂ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਗੁਰੂਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਫਿਰ ਦੂਜਾ ਬਚਨ ਕਹਿੰਦੇ ਨੇ ਸਾਰਿਆਂ ਦੇ ਸਾਂਝੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਆਖੋ ਸਤਨਾਮ। ਬੰਦਾ ਪੁੱਛਦਾ ਉਹ ਕਿਵੇਂ, ਤਾਂ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਭਗਤਾਂ ਭਗਤ ਫਰੀਦ ਜੀ ਦੀ, ਕਈ ਧਰਮਾਂ ਦੀ ਧਰਮ ਦੇ ਲੋਕਾਂ ਦੀ ਬਾਣੀ ਦਰਜ ਹੈ। ਆਖੋ ਸਤਨਾਮ। ਹੁਣ ਜਿੰਨਾ ਕੁ ਸਮਾਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਓ ਲਾ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ ਮਾਣ ਨਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਨਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮੈਨੂੰ ਮਾਣ ਨਿਮਾਣੇ ਨੋਟ ਗੁਰ ਤੇਰੀ, ਓਟ ਗੁਰ ਤੇਰੀ, ਮੈਨੂੰ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਨਿਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਨਿਮਾਣੇ ਨੋਟ ਗੁਰ ਤੇਰੀ, ਓਟ ਗੁਰ ਤੇਰੀ, ਗੱਜ ਕੇ ਕੋਈ ਕਿਸੇ ਦਾ, ਕਿਸੇ ਦਾ ਕੋਈ ਮੇਰਾ ਤੂੰ ਨਿਮਾਣੀ ਦਾ ਇੱਕੋ, ਕੋਈ ਕਿਸੇ ਦਾ, ਕਿਸੇ ਦਾ ਕੋਈ ਮੇਰਾ ਤੂੰ ਨਿਮਾਣੀ ਦਾ ਇੱਕੋ, ਮਾਣ ਨਿਮਾਣ
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ 'ਚ ਜਿਹੜੀ ਜੋਤ ਸੀ ਉਹੀ ਜੋਤ ਫਿਰ 10 ਗੁਰੂ ਸਾਹਿਬਾਨਾਂ ਵਿੱਚ ਗਈ, ਉਹ ਜੋਤ ਅੱਜ ਕਿਤੇ ਨਹੀਂ ਗਈ, ਉਹੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਆਖੋ ਸਤਨਾਮ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਕਹਿੰਦੇ ਬਾਣੀ ਵਿੱਚ ਹੀ ਅੰਮ੍ਰਿਤ ਨੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ। ਸਾਧ ਸੰਗਤ ਜੀ ਕਹਿੰਦੇ ਇੱਕ ਹਿੰਦੁਸਤਾਨ ਦਾ ਸਮਾਂ ਸੀ ਜਦੋਂ ਇਸਲਾਮ ਧਰਮ ਦਾ ਇੱਕ ਮੌਲਵੀ ਫਕੀਰ ਹਮਸਾ ਗੋਜ ਇਸਲਾਮ ਦਾ ਪ੍ਰਚਾਰ ਕਰਨ ਲਈ ਹਿੰਦੁਸਤਾਨ ਆਇਆ ਤਾਂ ਕਹਿੰਦੇ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਪਿੰਡ ਵਿੱਚ ਹੋ ਗਿਆ, ਉਸ ਪਿੰਡ ਵਾਲਿਆਂ ਨੇ ਉਹਦਾ ਸਤਿਕਾਰ ਨਹੀਂ ਕੀਤਾ, ਕੋਈ ਪਿੱਛੋਂ ਉਹਨੂੰ ਪੱਥਰ ਮਾਰਦੇ ਵੱਟੇ ਚੁੱਕ ਚੁੱਕ ਕੇ ਮਾਰਦੇ ਨੇ, ਉਹਦਾ ਸਤਿਕਾਰ ਨਹੀਂ ਕੀਤਾ, ਉਹਦੀ ਬੇਅਦਬੀ ਕੀਤੀ ਹੈ। ਉਹ ਆਪਣੀ ਸ਼ਕਤੀਆਂ ਛੁਪਾ ਰਿਹਾ ਸੀ, ਕਰਾਮਾਤਾਂ ਛੁਪਾ ਰਿਹਾ ਸੀ, ਫਿਰ ਜਦੋਂ ਇਹ ਹੋਇਆ ਨਾ ਉਹ ਆਪਣੀ ਕਰਾਮਾਤਾਂ ਲੁਕਾ ਨਹੀਂ ਸਕਿਆ, ਉਹਨੇ ਆਪਣੀ ਕਰਾਮਾਤਾਂ ਵੀ ਖਾਧੀ, ਇੱਕ ਬੰਦੇ ਨੂੰ ਉਂਗਲੀ ਉੱਤੇ ਕੀਤੀ ਉਹ ਉੱਤੇ ਚਲਾ ਗਿਆ ਪੇੜ ਤੇ, ਫਿਰ ਉਂਗਲੀ ਥੱਲੇ ਕੀਤੀ ਥੱਲੇ ਡਿੱਗ ਗਿਆ, ਕਹਿੰਦੇ ਆਪਣੀ ਕਰਾਮਾਤਾਂ ਵੀ ਖਾਧੀਆਂ। ਫਿਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕੋਈ ਆਮ ਫਕੀਰ ਨਹੀਂ, ਇਹ ਕਰਾਮਾਤਾਂ ਦਾ ਬਹੁਤ ਵੱਡਾ ਮਾਲਕ ਹੈ, ਇਹਨੂੰ ਕਰਾਮਾਤਾ ਜਾਣਦੇ ਜੋ ਚਾਹੇ ਕਰ ਸਕਦੇ। ਆਖੋ ਸਤਨਾਮ। ਜਦੋਂ ਜਿਹੜੀ ਥਾਂ ਤੇ ਉਹ ਤਪ ਕਰਦਾ ਸੀ ਨਾ ਉੱਥੇ ਬਹਿ ਗਿਆ, ਚਲਾ ਗਿਆ ਵਾਪਸ ਪਿੰਡ ਵਾਲਿਆਂ ਨੇ। ਦੂਜੇ ਦਿਨ ਸਵੇਰ ਹੋਈ, ਉਹ ਜਿਹੜੀ ਉਹ ਥਾਂ ਸੀ ਜਿੱਥੇ ਉਹ ਤਪ ਕਰਦਾ ਸੀ ਨਾ ਉੱਥੇ ਬਹੁਤ ਪਿੰਡ ਵਾਲੇ ਪਹੁੰਚ ਕੇ ਸੰਗਤਾਂ ਪਹੁੰਚ ਗਈਆਂ, ਉਹਦੇ ਕੋਲ ਮਾਫ਼ੀ ਮੰਗਦੀਆਂ ਨੇ, ਬੜੀ ਭੇਟਾਂ ਲਿਜਾਂਦੀਆਂ ਨੇ। ਇੱਕ ਬੰਦਾ ਜਿਹਦੀ ਦੁਕਾਨ ਸੀ ਫਲਾਂ ਦੀ, ਉਹ ਕਹਿੰਦਾ ਬੜਾ ਸਮਾਂ ਹੋ ਗਿਆ ਮੇਰੇ ਘਰ ਕੋਈ ਔਲਾਦ ਨਹੀਂ ਹੈ, ਤੁਸੀਂ ਜੋ ਚਾਹੇ ਉਹ ਕਰ ਸਕਦੇ ਹੋ, ਕਿਰਪਾ ਕਰੋ ਮੇਰੇ ਘਰ ਔਲਾਦ ਹੋ ਜਾਏ। ਆਖੋ ਸਤਨਾਮ। ਫਕੀਰ ਹਮਸਾ ਗੋਜ ਕਹਿਣ ਲੱਗਾ ਇਹ ਗੱਲ ਹੈ, ਸਮਾਂ ਆਏਗਾ ਤੇਰੇ ਘਰ ਦੋ ਲੜਕੇ ਹੋਣਗੇ, ਤੈਨੂੰ ਇੱਕ ਮੈਨੂੰ ਦੇਣਾ ਪਏਗਾ। ਉਹ ਕਹਿੰਦਾ ਠੀਕ ਹੈ। ਫਿਰ ਜਦੋਂ ਸਮਾਂ ਆਇਆ ਉਹਦੇ ਘਰ ਦੋ ਪੁੱਤਰ ਹੋਏ, ਦੂਜੇ ਦਿਨ ਉਹਦੀ ਕਰਲੀ ਕਹਿੰਦੀ ਹੈ ਜਾਓ ਫਕੀਰ ਨੂੰ ਕੋਈ ਮਾਇਆ ਦਿਓ। ਜਦ ਦੂਜੇ ਦਿਨ ਉਹ ਗਿਆ, ਮਾਇਆ ਲਿੱਤੀ, ਹੀਰੇ ਜਵਾਹਰਾ ਜੈ ਜਾਤਾਂ ਲੈ ਕੇ ਚਲਾ ਗਿਆ। ਕਹਿੰਦੇ ਨੇ ਫਿਰ ਫਕੀਰ ਹਮਸਾ ਗੋਜ ਕਹਿੰਦੇ ਮੇਰੀ ਅਮਾਨਤ ਕਿੱਥੇ ਹੈ? ਉਹ ਕਹਿੰਦੇ ਪੁੱਤਰਾਂ ਦਾ ਮੋਹ ਹੀ ਬੜਾ ਹੁੰਦਾ ਸਾਧ ਸੰਗਤ ਜੀ। ਉਹ ਕਹਿੰਦੇ ਮੈਂ ਪੁੱਤਰ ਨਹੀਂ ਦੇ ਸਕਦਾ, ਤੁਸੀਂ ਮੇਰੀ ਸਾਰੀ ਜਾਇਦਾਦ ਲੈ ਲਓ, ਕਾਰੋਬਾਰ ਹੀਰੇ ਜਵਾਹਰਾ ਜੋ ਮਰਜ਼ੀ ਲੈ ਲਓ ਮੇਰੇ ਤੋਂ। ਉਹ ਡੋਲ ਗਿਆ, ਕਹਿੰਦੇ ਪੁੱਤਰਾਂ ਦਾ ਮੋਹ ਹੀ ਬੜਾ ਹੁੰਦਾ ਹੈ। ਜਦ ਦੂਜੇ ਦਿਨ ਫਕੀਰ ਕਹਿੰਦੇ ਕੱਲ ਮੈਂ ਆਪਣੀ ਅਮਾਨਤ ਲੈਣ ਆਵਾਂਗਾ। ਉਹ ਦੂਜੇ ਦਿਨ ਜਦੋਂ ਫਕੀਰ ਹਮਸਾ ਗੋਜ ਦੇ ਘਰ ਗਿਆ ਤਾਂ ਸਾਧ ਸੰਗਤ ਜੀ ਕਹਿੰਦੇ ਉਹਦੀ ਕਾਰਲੀ ਨੇ ਪਿਛਲੇ ਦਿਨ ਵੀ ਪੁੱਛਿਆ ਸੀ ਫਕੀਰ ਮੰਨ ਗਿਆ ਉਹਦਾ ਕਾਰਲਾ? ਕਹਿੰਦਾ ਨਹੀਂ, ਉਹ ਕੱਲ ਆਏਗਾ। ਜਦੋਂ ਫਕੀਰ ਹਮਸਾ ਗੋਜ ਗਿਆ, ਉਹਨ ਦੂਰੋਂ ਵੇਖ ਕੇ ਬੂਹੇ ਬੰਦ ਕਰ ਲਏ, ਕਿਹੜੀ ਮਾਂ ਬੱਚਾ ਆਪਣਾ ਫਕੀਰ ਨੂੰ ਦੇ ਦੇਗੀ, ਮੈਂ ਨਹੀਂ ਦਿੰਦੀ, ਬੜੇ ਗਲਤ ਬੋਲ ਬੋਲੇ। ਸਾਧ ਸੰਗਤ ਜੀ ਕਹਿੰਦੇ ਪੁੱਤਰਾਂ ਦਾ ਮੋਹ ਹੀ ਬੜਾ ਹੁੰਦਾ, ਕਿਵੇਂ ਗੱਲ ਤੋਂ ਡੋਲ ਗਿਆ? ਉੱਧਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਚਮਕੌਰ ਸਾਹਿਬ ਦੀ ਗੜੀ ਤੋਂ ਆਏ, ਉੱਧਰ ਸਾਹਿਬਜ਼ਾਦਿਆਂ ਦੀ ਵੱਡੇ ਸਾਹਿਬਜ਼ਾਦਿਆਂ ਦੇ ਸਰੀਰ ਪਏ ਨੇ ਭਾਈ, ਉਹ ਇਵੇਂ ਨਿਕਲਦੇ ਨੇ ਜਿਵੇਂ ਜਾਣਦੇ ਹੀ ਨਹੀਂ। ਆਖੋ ਸਤਨਾਮ। ਜਾਣਦੇ ਨਹੀਂ ਸਾਧ ਸੰਗਤ ਜੀ। ਦਇਆ ਸਿੰਘ ਜੀ ਬਾਰ ਬਾਰ ਕਹਿੰਦੇ ਨੇ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਵਾਜਾਂ ਵਾਲਿਆ, ਜ਼ਿੰਦਗੀ ਦੇ ਦਾਤਿਆ ਸੁਨਹਿਰੀ ਵਾਜਾਂ ਵਾਲਿਆ, ਬੜੇ ਪਿਆਰ ਜਿਹਾ ਡੁਲਾ ਦਿਆਂ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਜੀ ਚਾਹੇ ਇੱਥੇ ਥੋੜਾ ਪਿਆਰ ਜਿਹਾ ਡੁਲਾ ਦਿਆਂ, ਪੱਗ ਲਾ ਕੇ ਸਿਰ ਤੋਂ ਉਦੋਂ ਟੁੱਟ ਕੇ ਬਣਾ ਦਿਆਂ,
ਅੱਧੇ ਅੱਧੇ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ। ਮਹਾਰਾਜ ਜੀ ਆਪ ਜੀ ਦੇ ਲਾਲਾਂ ਦੇ ਸਰੀਰ ਪਏ ਨੇ, ਇਹਨਾਂ ਨੂੰ ਟੱਕਿਆ ਜਾ ਸਕਦਾ ਹੈ। ਤਨ ਮੇਰੇ ਕਲਗੀਧਰ ਪਿਤਾ ਕਹਿੰਦੇ ਨੇ, ਦਇਆ ਸਿੰਘਾਂ ਮੋਦੀਆਂ, ਦਇਆ ਸਿੰਘਾਂ ਮੋਦੀਆਂ, ਕਿਉਂ ਗਈ ਜਾਵੇ ਥੰਮੀਆਂ, ਦਇਆ ਸਿੰਘਾਂ ਮੋਦੀਆਂ, ਕਿਉਂ ਗਈ ਜਾਵੇ ਥੰਮੀਆਂ, ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੰਮੀਆਂ, 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 ਦਇਆ ਸਿੰਘਾਂ ਮੋਦੀਆਂ, ਜਾਵੇ ਥੰਮੀਆਂ, ਦਇਆ ਸਿੰਘਾਂ ਮੋਦੀਆਂ, ਕਿਉਂ ਦਈ ਜਾਵੇ ਥੰਮੀਆਂ, ਦਇਆ ਸਿੰਘਾਂ ਮੋਦੀਆਂ, ਜੋ ਦਈ ਜਾਵੇ ਥੰਮੀਆਂ, ਦਇਆ ਸਿੰਘਾਂ ਮੋਦੀਆਂ, ਜੋ ਦਈ ਜਾਵੇ ਥੰਮੀਆਂ। ਜੀ ਚਾਹੇ ਇੱਥੇ ਥੋੜਾ ਪਿਆਰ ਜਿਹਾ ਡੁਲਾ ਦਿਆਂ, ਪੱਗ ਲਾ ਕੇ ਸਿਰ ਤੋਂ ਦੋ ਟੋਟ ਕੇ ਬਣਾ ਦਿਆਂ, ਅੱਧੇ ਅੱਧੇ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਐਵੇਂ ਨਿਕਲ ਗਏ ਜਿਵੇਂ ਜਾਣਦੇ ਹੀ ਨਹੀਂ ਆਖੋ ਸਤਨਾਮ। ਉਧਰ ਉਹ ਦੁਕਾਨਦਾਰ ਦੀ ਕਰ ਲਈ ਬੂਹਾ ਬੰਦ ਕਰ ਲੈਂਦੀ ਹੈ, ਕਿਹੜੀ ਮਾਂ ਬੱਚਾ ਆਪਣਾ ਫਕੀਰ ਨੂੰ ਦੇ ਦੇਗੀ। ਦੋ ਪੁੱਤਰ ਮਿਲੇ ਉਹਨੂੰ, ਇੱਕ ਵੀ ਨਹੀਂ ਦਿੱਤਾ। ਕਹਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਅੱਗੇ ਚਲੇ ਗਏ, ਫਿਰ ਜਦੋਂ ਸਾਧ ਸੰਗਤ ਜੀ ਦਇਆ ਸਿੰਘ ਜੀ ਫਿਰ ਬੁਲਾਉਂਦੇ ਨੇ ਜ਼ਿੰਦਗੀ ਦੇ ਦਾਤੇ ਆ, ਸੁਨਹਿਰੀ ਵਾਜਾਂ ਵਾਲਿਆ, ਬੜੇ ਚਾਵਾਂ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ, ਕਿੰਨੇ ਹੀ ਪਿਆਰ ਨਾਲ ਪਾਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਦਇਆ ਸਿੰਘਾਂ ਮੋਦੀਆਂ, ਕਿਉਂ ਦਈ ਜਾਵੇ ਥੰਮੀਆਂ, ਸਿੱਖੀ ਦੀਆਂ ਵਾਟਾਂ ਜੇ, ਕਹਿੰਦੇ ਨੇ ਸਰੀਰ ਜੇ ਟੱਕਿਆ ਜਾਏਗਾ ਤਾਂ ਮੇਰੇ ਜਾਨ ਤੋਂ ਪਿਆਰੇ ਸਿੰਘਾਂ ਦਾ ਵੀ ਟੱਕਿਆ ਜਾਏਗਾ, ਇਕੱਲੇ ਇਹਨਾਂ ਦਾ ਨਹੀਂ ਆਖੋ ਸਤਨਾਮ। ਉਧਰ ਉਹ ਫਕੀਰ ਹਮਸਾ ਗੋਇ ਨੂੰ ਜਦੋਂ ਪਤਾ ਲੱਗਦਾ ਹੈ ਪਿੰਡ ਦੇ ਬੇਈਮਾਨ ਨੇ, ਝੂਠਿਆਂ ਦਾ ਪਿੰਡ ਹੈ ਉਹ, ਜਿਹੜਾ ਉਹਦੀ ਤਪ ਸਥਾਨ ਸੀ ਨਾ, ਉੱਥੇ ਤਪ ਕਰਦਾ ਹੈ ਪਿੰਡ ਨੂੰ ਬਰਬਾਦ ਕਰਨ ਲਈ। ਕਹਿੰਦੇ ਫਿਰ ਪਿੰਡ ਵਿੱਚ ਬਾੜ ਆ ਜਾਂਦੀ ਹੈ, ਲੋਕੀ ਕਹਿੰਦੇ ਨੇ ਬਈ ਕੀ ਹੋ ਗਿਆ ਨਾ। ਸਾਧ ਸੰਗਤ ਜੀ ਫਿਰ ਉਸ ਪਿੰਡ ਦੇ ਕਿਨਾਰੇ ਤੇ ਗੁਰੂ ਨਾਨਕ ਸਾਹਿਬ ਨੇ ਡੇਰਾ ਲਾਇਆ, ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਨੇ ਡੇਰਾ ਲਾਇਆ, ਕੀਰਤਨ ਹੋ ਰਿਹਾ। ਫਿਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਆਏ ਨੇ, ਫਿਰ ਸਾਰੇ ਉੱਧਰ ਚਲੇ ਗਏ। ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕੀਤੀ, ਗਰੀਬ ਨਵਾਜ਼ ਸਾਡੇ ਪਿੰਡ ਤੇ ਫਕੀਰ ਆਇਆ, ਸਾਡੇ ਪਿੰਡ ਨੂੰ ਬਰਬਾਦ ਕਰ ਰਿਹਾ ਹੈ, ਭੁੱਖੇ ਮਰ ਰਹੇ ਹਾਂ, ਬਾੜ ਆ ਰਹੀ ਹੈ। ਗੁਰੂ ਨਾਨਕ ਸਾਹਿਬ ਜਿਹੜੀ ਉਸ ਫਕੀਰ ਦੀ ਥਾਂ ਸੀ ਨਾ, ਉਸਦੇ ਜਿਹੜਾ ਉੱਤੇ ਬਣਿਆ ਹੋਇਆ ਸੀ ਗੁੰਮਟ, ਉਹਦੇ ਵਿੱਚ ਦ੍ਰਿਸ਼ਟੀ ਮਾਰਦੇ ਨੇ, ਕਹਿੰਦੇ ਉਹ ਫਟ ਜਾਂਦਾ ਹੈ, ਆਖੋ ਸਤਨਾਮ। ਬੜੇ ਗੁੱਸੇ ਨਾਲ ਫਕੀਰ ਹਮਸਾ ਗੋਜ ਆਉਂਦਾ ਹੈ, ਆਇਆ ਤਾਂ ਗੁੱਸੇ ਨਾਲ ਸੀ, ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਮਨ ਸ਼ਾਂਤ ਹੋ ਗਿਆ, ਆਖੋ ਸਤਨਾਮ। ਤਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਦੱਸਿਆ ਬਈ ਫਕੀਰ ਉਹ ਹੈ ਜਿਹੜਾ ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦਾ, ਉਹ ਨਹੀਂ ਜਿਹੜਾ ਲੋਕਾਂ ਨੂੰ ਬਰਬਾਦ ਕਰਦਾ ਹੈ, ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਮਹਾਂਪੁਰਸ਼ ਸੰਤ। ਸਾਧੂ ਹੁੰਦੇ ਨੇ ਪਰ ਉਪਕਾਰੀ, ਜੀਵਾਂ ਦੇ ਉਦਾਰ ਵਾਸਤੇ, ਸਾਧੂ ਹੁੰਦੇ ਨੇ ਪਰ ਉਪਕਾਰੀ, ਜੀਵਾਂ ਦੇ ਸੰਤ ਜੋੜਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਉਸ ਪਿੰਡ ਤੇ ਲੋਕ ਉਹਨੂੰ ਸਮਝਾਇਆ, ਫਿਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਭਲਾ ਕੀਤਾ,
ਜਿੱਥੇ ਵੀ ਗਏ ਭਲਾ ਕੀਤਾ, ਲੋਕਾਂ ਨੂੰ ਜੋੜਿਆ। ਹੁਣ ਇਹ ਆਖਰੀ ਤਰਨਾ ਪੜ੍ਹ ਕੇ ਦਾਸ ਸਮਾਪਤੀ ਕਰੇਗਾ। ਸਾਰੇ ਪਿਆਸ ਨਾਲ ਪੜਿਓ ਜੀ। ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ। ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ। ਕੱਟ ਕੇ ਲੇਖ ਮੱਥੇ ਦੇ ਮੱਥੇ ਦੇ ਮਾੜੇ, ਲੇਖ ਮੱਥੇ ਦੇ ਮਾੜੇ, ਲੇਖ ਮੱਥੇ ਦੇ ਮਾੜੇ, ਕੱਟ ਕੇ ਲੇਖ ਮੱਥੇ ਦੇ ਮਾੜੇ, ਕੱਟ ਕੇ ਲੇਖ ਮੱਥੇ ਦੇ ਮਾੜੇ, ਲੇਖ ਮੱਥੇ ਦੇ ਮਾੜੇ, ਕੱਟ ਕੇ ਲੇਖ ਮੱਥੇ ਦੇ ਮਾੜੇ, ਕੱਟ ਕੇ ਲੇਖ ਮੱਥੇ ਦੇ ਮਾੜੇ, ਹੰਸ ਕਾਵਾਂ ਤੋਂ ਕਰਦੇ ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ, ਮੇਰੇ ਸਤਿਗੁਰ ਔਖੇ ਵੇਲੇ ਨਾਮ ਦੀਆਂ ਛਾਵਾਂ ਕਰਦੇ ਨੇ। ਸਾਧ ਸੰਗਤ ਜੀ ਨੂੰ ਇੱਕ ਬੇਨਤੀ ਪ੍ਰਵਾਨ ਕਰਨੀ। ਹੁਣ ਪਿਆਰ ਸਾਹਿਬ ਫਤਿਹ ਬੁਲਾਈਏ, ਕੋਈ ਵੀ ਰਸਨਾ ਮਾਂਝੀ ਨਾ ਰਵੇ, ਸਾਰੇ ਪਿਆਰ ਸਾਹਿਬ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।